ਸਰਕੁਣ, ਮੈਂ ਤੇਰੇ ਅੱਗੇ ਨਾ ਹੱਥ ਜੋੜਦਾ, ਇਹ ਗੱਲ ਨਾ ਬੀਬੀ ਜੀ ਨੂੰ ਨਾ ਪਤਾ ਲੱਗੇ, ਮੈਂ ਤੈਨੂੰ ਵੀਡੀਓ ਲੱਭ ਕੇ ਦੇਵਾਂਗਾ। ਇੱਥੇ ਆਉਣ ਦਾ ਤਾਂ ਕੋਈ ਫਾਇਦਾ ਨਹੀਂ ਹੋਇਆ, ਮੈਨੂੰ ਲੱਗਿਆ ਸੀ ਮੈਨੂੰ ਸਬੂਤ ਮਿਲੇਗਾ, ਬਟ ਇੱਥੇ ਤਾਂ ਕੁਝ ਵੀ ਨਹੀਂ ਹੱਥ ਲੱਗਿਆ। ਠੀਕ ਹੈ, ਮੈਂ ਸਾਰੀਆਂ ਫੋਟੋਜ਼ ਲੈ ਕੇ ਜਾ ਰਹੀ ਹਾਂ, ਅਤੇ ਛੇਤੀ ਛੇਤੀ ਉਸ ਬੰਦੇ ਨੂੰ ਲੱਭ ਅਤੇ ਸਾਰੀ ਵੀਡੀਓਜ਼ ਉਹਦੇ ਕੋਲੋਂ ਲੈ, ਨਹੀਂ ਤਾਂ। ਹਾਂ, ਜਲਦੀ ਜਲਦੀ ਲੱਭਾਂਗਾ, ਟੈਂਸ਼ਨ ਨਾ ਲੈ ਸਰਗੁਣ ਤੂੰ, ਕੋਈ ਗੱਲ ਨਹੀਂ, ਇਹ ਤਾਂ ਆਪਣੇ ਘਰ ਦਾ ਹੀ ਕੰਮ ਸੀ ਤੇ। ਹਾਂਜੀ, ਹਾਂ ਹਾਂ ਹਾਂ। ਇਸ ਤੋਂ ਪਹਿਲਾਂ ਕੋਈ ਹੋਰ ਬੰਦਾ ਉਸ ਤੱਕ ਪਹੁੰਚੇ, ਮੈਨੂੰ ਹੀ ਉਸ ਬੰਦੇ ਤੱਕ ਪਹੁੰਚਣਾ ਪਏਗਾ। ਇੰਨੀ ਭੁੱਖ ਲੱਗ ਰਹੀ ਹੈ, ਉੱਤੋਂ ਤੇ ਮੇਰੇ ਸਾਹਮਣੇ ਬਹਿ ਕੇ ਰੋਟੀ ਖਾਂਦਾ ਪਿਆ। ਕੀ ਦੇਖਦਾ ਕੀ ਪਿਆ? ਉਹ ਚੁੱਪ ਚਾਪ ਰੋਟੀ ਖਾ। ਸਰਗੁਣ ਜੀ, ਮੈਨੂੰ ਪਤਾ ਸੀ ਕਿ ਮੇਰੇ ਮਿਸਟਰ ਬਦਮਾਸ਼ ਦੇ ਢਿੱਡ 'ਚ ਚੂਹੇ ਛਾਲਾਂ ਮਾਰਦੇ ਹੋਣਗੇ, ਇਸ ਕਰਕੇ ਮੈਂ ਆਪ ਹੀ ਇੱਥੇ ਤੇਰੇ ਲਈ ਰੋਟੀ ਲੈ ਕੇ ਆ ਗਈ। ਸਰਗੁਣ ਜੀ, ਭੁੱਖ ਤਾਂ ਬੜੀ ਲੱਗੀ ਹੈ। ਤੁਹਾਨੂੰ ਪਤਾ, ਜੇਲ੍ਹ ਦੀ ਰੋਟੀ ਬਾਰੇ ਨਾ ਮੈਂ ਅੱਜ ਤੱਕ ਸੁਣਿਆ ਹੀ ਸੀ, ਪਰ ਅੱਜ ਮੈਂ ਵੇਖ ਵੀ ਲਿਆ ਅਤੇ ਮੈਨੂੰ ਇਹ ਵੀ ਅਹਿਸਾਸ ਹੋ ਗਿਆ ਕਿ ਮੈਂ ਇੱਥੇ ਹੋਰ ਨਹੀਂ ਰਹਿ ਸਕਦਾ। ਰਹਿਣਾ ਵੀ ਨਹੀਂ ਪਏਗਾ, ਬਸ
ਥੋੜੀ ਦੇਰ ਦੀ ਹੋਰ ਗੱਲ ਹੈ, ਮੈਂ ਤੈਨੂੰ ਛੇਤੀ ਇੱਥੋਂ ਦੀ ਛੁਡਵਾ ਲਵਾਂਗੀ। ਚੱਲ ਹੁਣ ਆਹ ਸਭ ਸੋਚਣਾ ਬੰਦ ਕਰ, ਚੁੱਪ ਚਾਪ ਰੋਟੀ ਖਾ ਲੈ। ਸਰਗੁਣ ਜੀ, ਜੇ ਤੁਸੀਂ ਇੰਨੇ ਪਿਆਰ ਨਾਲ ਰੋਟੀ ਲੈ ਕੇ ਆਏ ਹੋ ਤਾਂ ਮੈਨੂੰ ਖਵਾ ਵੀ ਦਿਓ। ਨਾ ਮੂੰਹ ਅੰਦਰ ਕਰ, ਕੀ ਦੇਖ ਰਿਹਾ? ਹਾਂ ਪਹਿਲੀ ਵਾਰ ਜੇਲ੍ਹ 'ਚ ਆਇਆ ਲੱਗਦਾ ਨਾ, ਤਾਂ ਹੀ ਘਰ ਦੀ ਰੋਟੀ ਖਾਣ ਦਾ ਚਿੱਤ ਕਰਦਾ। ਉਹ ਇਹ ਤਾਂ ਵੱਡੇ ਘਰ ਦੀ ਵਿਗੜੀ ਹੋਈ ਔਲਾਦ ਆ, ਹੁਣ ਤਾਂ ਇਹਨਾਂ ਨੂੰ ਇੱਥੇ ਰਹਿਣ ਦੀ ਆਦਤ ਪਾਣੀਏ ਪੈਣੀ ਆ। ਵੈਸੇ ਵੀ ਇੱਥੋਂ ਦੀ ਰੋਟੀ ਦਾ ਸਵਾਦ ਤੇਰੀ ਮਾਂ ਦੇ ਹੱਥ ਦੇ ਖਾਣੇ ਤੋਂ ਤਾਂ ਕਿਤੇ ਜ਼ਿਆਦਾ ਸਵਾਦ ਹੋਊਗਾ ਨਾ। ਮੇਰੀ ਮਾਂ ਤੇ ਨਾ ਜਾਈ, ਠੀਕ ਹੈ? ਨਹੀਂ ਤੇ ਤੈਨੂੰ ਕਿਸੇ ਥਾਂ ਦਾ ਛੱਡਾਂਗਾ ਨਹੀਂ ਮੈਂ। ਮੇਰੇ ਨਾਲ ਜੋ ਕਰਨਾ ਨਾ ਉਹ ਤੂੰ ਕਰ, ਪਰ ਮੇਰੀ ਮਾਂ ਨੂੰ ਵਿੱਚ ਨਾ ਲੈ ਕੇ। ਓਏ ਆਪਣੀ ਆਵਾਜ਼ ਨੀਵੇਂ ਰੱਖ ਕੇ ਗੱਲ ਕਰ, ਤੇਰੀ ਮਾਂ ਦਾ ਦਰਬਾਰ ਨਹੀਂ ਇੱਕ ਸਰਕਾਰੀ ਥਾਣਾ ਏ, ਤੇ ਇਸ ਥਾਣੇ ਦੀ ਸਰਕਾਰ ਮੈਂ ਆ। ਜੇ ਜ਼ਿਆਦਾ ਦਿਮਾਗ ਖਰਾਬ ਕੀਤਾ ਨਾ ਤਾਂ ਸਾਰੀ ਆਕੜ ਕੱਢ ਦੂੰ ਹੁਣੇ, ਨਾਲੇ ਤੇਰੀ ਵੋਟੀ ਨੂੰ ਕਾਨੂੰਨ ਦੀਆਂ ਸਾਰੀਆਂ ਧਾਰਾਵਾਂ ਸਿਖਾ ਦੂੰਗਾ ਜੋ ਇੱਕ ਕਾਬਿਲ ਪੁਲਿਸ ਵਾਲੇ ਨਾਲ ਬਦਤਮੀਜ਼ੀ ਕਰਨ 'ਤੇ ਲਾਈਆਂ ਜਾਂਦੀਆਂ ਨੇ। ਜੇ ਖਾਣਾ ਤਾਂ ਖਾ, ਨਹੀਂ ਤਾਂ ਭੁੱਖਾ ਰਹਿ। ਮੈਂ ਦੀਪੇ ਦੇ ਚਾਹ ਪੀਣ ਚੱਲਿਆ। ਮੈਂ ਪਾਪਾ ਜੀ ਨੂੰ ਫੋਨ ਕਰਦੀ ਹਾਂ। ਨਹੀਂ ਪਾਪਾ ਜੀ, ਫੋਟੋਸ 'ਚ ਤਾਂ ਮੈਨੂੰ ਕੁਛ ਨਹੀਂ ਲੱਭਿਆ। ਤੇ ਹਾਂ, ਮੈਂ ਪੱਪੀ ਕੋਲੋਂ ਨਾ ਫੰਕਸ਼ਨ ਦੀ ਵੀਡੀਓਸ ਮੰਗੀ ਸੀਗੀ, ਉਹਦੇ ਕੋਲ ਉਹ ਵੀ ਨਹੀਂ ਹੈਗੀ। ਉਹ ਇਸ ਕਰਕੇ ਜਿਸ ਦਿਨ ਫੰਕਸ਼ਨ ਸੀਗਾ ਉਸ ਦਿਨ ਉਸਦਾ ਕੈਮਰਾ ਨਾ ਖਰਾਬ ਹੋ ਗਿਆ ਸੀਗਾ, ਤਾਂ ਉਹਨੇ ਕੀ ਕੀਤਾ, ਫੰਕਸ਼ਨ ਵਿੱਚੋਂ ਕਿਸੇ ਬੰਦੇ ਦਾ ਮੋਬਾਈਲ ਫੜਿਆ ਤੇ ਉਹਦੇ ਤੋਂ ਸਾਰੀ ਵੀਡੀਓਸ ਰਿਕਾਰਡ ਕਰ ਦਿੱਤੀਆਂ। ਤੇ ਹੁਣ ਉਹ ਬੈਕਅਪ ਲੈਣਾ ਹੀ ਭੁੱਲ ਗਿਆ ਉਸ ਕੋਲੋਂ। ਪਤਾ ਨਹੀਂ, ਉਹ ਹੁਣ ਬੰਦਾ ਵੀ ਨਹੀਂ ਲੱਭਦਾ ਪਿਆ। ਜੇ ਪਤਾ ਲੱਗ ਜਾਂਦਾ ਨਾ ਕਿ ਹੁਣ ਕਿਹਦਾ ਸੀ, ਤਾਂ ਸਾਡੇ ਹੱਥ ਕੋਈ ਨਾ ਕੋਈ ਸਬੂਤ ਜ਼ਰੂਰ ਲੱਗ ਜਾਂਦਾ। ਕਿਹਦੇ ਨਾਲ ਗੱਲ ਕਰ ਰਹੇ ਹੋ ਤੁਸੀਂ?
ਯੂਵੀ ਹੈ ਨਾ, ਮੇਰੀ ਗੱਲ ਕਰਾਓ। ਨਹੀਂ ਯੁਵਰਾਜ ਨਹੀਂ, ਪਰ ਤੂੰ ਕਿਉਂ ਬੈੱਡ ਤੋਂ ਉੱਠ ਕੇ ਬਾਹਰ ਆ ਗਈ? ਮੈਂ ਯੂਵੀ ਨੂੰ ਮਿਲਣਾ, ਮੇਰੀ ਗੱਲ ਕਰਾਓ। ਪਾਪਾ ਜੀ, ਤੁਸੀਂ ਬੀਬੀ ਜੀ ਨੂੰ ਇਹ ਕਹੋ ਕਿ ਅਗਲੇ 10 ਮਿੰਟਾਂ 'ਚ ਯੁਵਰਾਜ ਉਹਨਾਂ ਨੂੰ ਫੋਨ ਕਰੇਗਾ। ਮੈਂ ਨਾ ਉਹਨੂੰ ਰੋਟੀ ਦੇਣ ਵਾਸਤੇ ਜਾ ਰਹੀ ਹਾਂ ਅਤੇ ਉਹਦਾ ਫੋਨ ਵੀ ਮੇਰੇ ਕੋਲ ਹੀ ਹੈ। ਹਾਂ ਠੀਕ ਠੀਕ ਹੈ। ਹਰਜਿੰਦਰ, ਮੇਰੀ ਯੁਵਰਾਜ ਨਾਲ ਗੱਲ ਹੋਈ ਸੀ, ਉਹ ਅਗਲੇ 10 ਮਿੰਟ 'ਚ ਨਾ ਤੈਨੂੰ ਫੋਨ ਕਰੇਗਾ। ਸਰਗੁਣ ਕਿੱਥੇ ਹੈ? ਸਰਗੁਣ? ਹਾਂ, ਦੀਵਾਲੀ ਦੀ ਪੂਜਾ ਲਈ ਕੁਝ ਸਮਾਨ ਲੈਣ ਬਾਹਰ ਗਈ ਹੈ। ਅੱਛਾ, ਹਰਲੀਨ। ਹਾਂਜੀ ਆਂਟੀ ਜੀ। ਅੱਜ ਛੋਟੀ ਦੀਵਾਲੀ ਹੈ, ਥੋੜੇ ਦੀਵੇ ਬਾਲ ਕੇ ਲੈ ਆ, ਕੁਝ ਦਰਵਾਜ਼ੇ ਤੇ ਲਗਾ ਦਿੰਦੇ ਆ, ਕੁਝ ਮੇਨ ਗੇਟ ਤੇ। ਜੀ ਆਂਟੀ। ਆਓ ਸ਼ਰਗੁਣ ਜੀ। ਭਾਵੇਂ ਮੈਂ ਲੋਕਪ 'ਚ ਰਵਾਂ ਜਾਂ ਜੰਗਲ 'ਚ, ਮੈਨੂੰ ਇੰਨਾ ਪਤਾ ਸੀ ਕਿ ਸਰਗੁਣ ਜੀ ਮੈਨੂੰ ਕਦੇ ਵੀ ਭੁੱਖਾ ਨਹੀਂ ਰਹਿਣ ਦੇਣਗੇ। ਤੁਹਾਡੇ ਯੁਵਰਾਜ ਸਰਗੁਣ ਜੀ, ਸ਼ੁਕਰ ਹੈ ਤੁਸੀਂ ਆ ਗਏ। ਭੁੱਖ ਨਾਲ ਨਾ ਮੇਰੀ ਜਾਨ ਨਿਕਲੀ ਜਾ ਰਹੀ ਸੀ। ਮੈਂ ਦਰਵਾਜ਼ੇ ਤੇ ਸਾਰੇ ਦੀਵੇ ਲਗਾਤੇ, ਤੂੰ ਬਾਹਰ ਮੇਨ ਗੇਟ ਤੇ ਲਗਾ ਕੇ ਆ ਜਾ। ਮੈਂ ਤਾਂ ਸੋਚਿਆ ਸੀ ਕਿ ਇਸ ਦੀਵਾਲੀ ਦੀ ਰਾਤ ਨੂੰ ਡੋਲੇ ਉਡਾਵਾਂਗੇ ਰੂਪ ਦੇ ਨਾਲ। ਰੂਪ ਦੇ ਨਾਲ ਕਿੰਨਾ ਚੰਗਾ ਹੋਵੇ। ਰੱਬ ਕਰੇ ਰੂਪ ਅੱਜ ਇਸ ਦੀਵਾਲੀ ਦੇ ਘਰ ਆ ਜਾਏ, ਉਹਦਾ ਮੂਡ ਵੀ ਠੀਕ ਹੋ ਜਾਏਗਾ, ਮਨ ਬਦਲ ਜਾਏਗਾ। ਉਮੀਦ ਤਾਂ ਇਹੀ ਹੈ, ਬਾਕੀ ਦੇਖਦੇ ਆ। ਹਾਂ ਬੋਲ, ਕੀ ਆ? ਉਹ ਵਿਗੜੀ ਔਲਾਦ ਯੁਵਰਾਜ ਦੀ ਵੋਟੀ ਨਾ, ਉਹਦੇ ਲਈ ਰੋਟੀ ਲੈ ਕੇ ਆਈਏ ਘਰੋਂ। ਤੇ ਪੱਟੀ ਨਾ ਸੈੱਲ ਵੱਲ ਲੈ ਕੇ ਗਿਆ ਉਹਨੂੰ, ਤੇ ਮੈਂ ਉਹਨੂੰ ਯੁਵਰਾਜ ਨਾਲ ਮਿਲਣ ਦਵਾਂ ਜਾਂ ਰੋਕਦਾ? ਕਾਂ ਦੇ ਮੂੰਹ ਚੋਂ ਰੋਟੀ ਖੋਣ ਦਾ ਨਾ ਵੱਖਰਾ ਹੀ ਸਵਾਦ ਆ। ਤੂੰ ਐਂ ਕਰ, ਉਹਨੂੰ ਅੰਦਰ ਹੀ ਜਾਣ ਦੇ, ਤੇ ਜਦੋਂ ਹੀ ਯੁਵਰਾਜ ਰੋਟੀ ਖਾਣ ਲੱਗੂਗਾ ਨਾ, ਤੇ ਆਪਣੇ ਮੂੰਹ ਚ ਬੁਰਕੀ ਪਾਉਣ ਲੱਗੂਗਾ।
ਉਦੋਂ ਹੀ ਮੈਂ ਉਹਦੇ ਮੂੰਹ ਦੀ ਬੁਰਕੀ ਖੋਹ ਲੈਣੀ ਆ। ਉਹਦੀ ਵੋਟੀ ਮੈਨੂੰ ਕਾਨੂੰਨ ਦਾ ਪਾਠ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ ਨਾ, ਦੇਖੀ ਹੁਣ ਸਭ ਦੀ ਆਕੜ ਭੰਨ ਕੇ ਰਹੂੰਗਾ। ਮੈਨੂੰ ਪੂਰਾ ਯਕੀਨ ਸੀ ਕਿ ਤੁਸੀਂ ਇੱਥੇ ਜ਼ਰੂਰ ਆਓਗੇ। ਸਰਗੁਣ ਜੀ, ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ। ਮੈਂ ਜਾਣਦੀ ਹਾਂ ਮਿਸਟਰ ਬਦਮਾਸ਼, ਪਰ ਉਸ ਤੋਂ ਪਹਿਲਾਂ ਨਾ ਤੂੰ ਪਲੀਜ਼ ਬੀਬੀ ਜੀ ਦੇ ਨਾਲ ਫੋਨ 'ਤੇ ਗੱਲ ਕਰ ਲੈ, ਨਹੀਂ ਤਾਂ ਉਹਨਾਂ ਨੂੰ ਸ਼ੱਕ ਹੋ ਜਾਏਗਾ ਕਿ ਤੂੰ ਕਿੱਥੇ ਹੈ। ਇੱਕ ਵਾਰੀ ਉਹਨਾਂ ਨਾਲ ਫੋਨ 'ਤੇ ਗੱਲ ਕਰ ਲੇਂਗਾ ਨਾ, ਉਹਨਾਂ ਨੂੰ ਤਸੱਲੀ ਹੋ ਜਾਏਗੀ ਕਿ ਤੂੰ ਬਿਲਕੁਲ ਠੀਕ ਹੈ। ਪਰ ਸਰਗੁਣ ਜੀ, ਕਿੱਦਾਂ ਮੈਂ ਇੱਥੇ ਰਹਿ ਕੇ ਮੰਮੀ ਨਾਲ ਗੱਲ ਕਿੱਦਾਂ ਕਰ ਸਕਾਂਗਾ? ਮੈਂ ਨਾ ਤੇਰਾ ਫੋਨ ਲੈ ਕੇ ਆਈ ਹਾਂ ਤਾਂ ਕਿ ਤੂੰ ਆਪਣੇ ਫੋਨ ਤੋਂ ਬੀਬੀ ਜੀ ਦੇ ਨਾਲ ਗੱਲ ਕਰ ਸਕੇ। ਮੈਂ ਜਾਣਦੀ ਹਾਂ ਕਿ ਕਾਨੂੰਨ ਦੀਆਂ ਨਜ਼ਰਾਂ 'ਚ ਇਹ ਗਲਤ ਹੈ, ਪਰ ਇਹ ਇੰਸਪੈਕਟਰ ਆਪ ਕਾਨੂੰਨ ਤੋੜ ਕੇ ਤੇਰੇ ਨਾਲ ਪਰਸਨਲ ਦੁਸ਼ਮਣੀ ਕੱਢ ਰਿਹਾ ਹੈ, ਇਸ ਲਈ ਮੈਂ ਇਹ ਸਭ ਕਰ ਰਹੀ ਹਾਂ। ਸਰਗੁਣ ਜੀ, ਤੁਸੀਂ ਨਾ ਸੱਚ 'ਚ ਕਮਾਲ ਹੀ ਹੋ। ਤੁਸੀਂ ਹਮੇਸ਼ਾ ਕੁਛ ਨਾ ਕੁਛ ਇਹੋ ਜਿਹਾ ਕਰਕੇ ਨਾ ਮੈਨੂੰ ਆਪਣਾ ਦੀਵਾਨਾ ਬਣਾ ਹੀ ਦਿੰਦੇ ਹੋ। ਤੁਸੀਂ ਤਾਂ ਕਿਹਾ ਸੀ ਯੂ ਵੀ ਮੈਨੂੰ ਫੋਨ ਕਰੇਗਾ, ਕਦੋਂ ਫੋਨ ਕਰੇਗਾ ਪੱਠਾ ਸਾਹਿਬ? ਇੰਨਾ ਵੀ ਕਿਹੜਾ ਜ਼ਰੂਰੀ ਕੰਮ ਕਰ ਰਿਹਾ ਕਿ ਆਪਣੀ ਬਿਮਾਰ ਮਾਂ ਨੂੰ ਫੋਨ ਨਹੀਂ ਕੀਤਾ ਗਿਆ ਤੇ ਕੋਲੋਂ? ਤੇ ਕੋਈ ਗੜਬੜ ਤਾਂ ਨਹੀਂ ਹੋ ਗਈ ਉੱਥੇ? ਹੁਣ ਕੀ ਜਵਾਬ ਦੇ ਆ ਜਾਂਦੇ ਰੂ? ਯੂਵੀ ਦਾ ਫੋਨ। ਤੂੰ ਇੰਨਾ ਵੱਡਾ ਹੋ ਗਿਆ ਕਿ ਤੇਰੀ ਮਾਂ ਨੂੰ ਤੇਰੇ ਨਾਲ ਗੱਲ ਕਰਨ ਲਈ ਅਪਾਇੰਟਮੈਂਟ ਲੈਣੀ ਪੈਗੀ ਤੇਰੇ ਕੋਲੋਂ? ਮੰਮੀ, ਇੱਦਾਂ ਦੀ ਗੱਲ ਨਹੀਂ ਹੈ, ਉਹ ਮੈਂ ਨਾ ਥੋੜ੍ਹਾ ਜਿਹਾ ਭਾਜਰ 'ਚ ਕਿਉਂ ਗੱਲ ਕਰ ਰਿਹਾ? ਐਸਾ ਕਿਹੜਾ ਕੰਮ ਕਰ ਰਿਹਾ ਜੁਵੀ ਕਿ ਤੇਰੇ ਕੋਲ ਆਪਣੀ ਮਾਂ ਨਾਲ ਗੱਲ ਕਰਨ ਦਾ ਟਾਈਮ ਨਹੀਂ? ਤੂੰ ਵੀ ਰੂਪ ਵਾਂਗ ਮੈਨੂੰ ਤੰਗ ਕਰ ਰਿਹਾ ਨਾ, ਤੁਸੀਂ ਦੋਨਾਂ ਨੇ ਮੈਨੂੰ ਤੰਗ ਕਰਨ ਦੀ ਸਹੁੰ ਖਾਧੀ ਹੋਈ ਹੈ ਕਿ? ਮੈਂ ਬਿਮਾਰ ਸੀ, ਮੈਨੂੰ ਯਾਦ ਨਹੀਂ ਰਿਹਾ ਦੀਵਾਲੀ ਬਾਰੇ, ਤਾਂ ਤੈਨੂੰ ਵੀ ਯਾਦ ਨਹੀਂ ਰਿਹਾ? ਤੈਨੂੰ ਨਹੀਂ ਪਤਾ ਕਿ ਦੀਵਾਲੀ ਵਾਲੇ ਦਿਨ ਅਸੀਂ ਕਿਸਾਨਾਂ ਨੂੰ ਮਿਠਾਈਆਂ ਵੰਡਦੇ ਹਾਂ, ਕੱਪੜੇ ਵੰਡਦੇ ਹਾਂ, ਹੋਰ ਤੇ ਹੋਰ ਘਰ ਵਿੱਚ ਕਿੰਨੇ ਪਰਾਉਣੇ ਆਉਂਦੇ ਨੇ, ਦੇਣ ਲੈਣ ਹੁੰਦਾ, ਉਹ ਸਾਰੇ ਤਿਆਰੀ ਕੌਣ ਕਰੇਗਾ ਯੂਵੀ? ਦੱਸ ਮੈਨੂੰ। ਉਹ ਮੰਮੀ, ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿਓਗੇ ਤਾਂ ਮੈਂ ਬੋਲਾਂਗਾ ਨਾ। ਹਾਂ ਤਾਂ ਬੋਲ ਨਾ, ਕਿੰਨੇ ਮਨਾ ਕੀਤਾ ਤੈਨੂੰ? ਹਾਂ ਮੰਮੀ, ਮੈਂ ਨਾ ਦਰਅਸਲ ਜਿਹਦੀ ਮਦਦ ਕਰਨ ਆਇਆ ਨਾ, ਉਹਦੀ ਘਰ ਵਾਲੀ ਬਹੁਤ ਪਰੇਸ਼ਾਨ ਹੈਗੀ ਹੈ। ਦਰਅਸਲ ਜਿਹੜਾ ਉਹਦਾ ਘਰ ਵਾਲਾ ਨਾ, ਥੋੜ੍ਹਾ ਪੈਸਾ ਦੀ ਤੰਗੀ ਕਰਕੇ ਨਾ ਉਹ ਆਪਣੇ ਆਪ ਨੂੰ ਮਾਰਨ ਜਾ ਰਿਹਾ ਸੀਗਾ। ਉਹ ਤਾਂ ਬਸ ਮੰਮੀ, ਮੈਂ ਉਹਦਾ ਫਸਿਆ ਹੋਇਆ ਪੈਸਾ ਲੋਕਾਂ ਤੋਂ ਕਢਾ ਰਿਹਾ ਤਾਂ ਕਿ ਉਹ ਆਪਣੇ ਪਰਿਵਾਰ ਨਾਲ
ਦੁਬਾਰਾ ਇਕੱਠੇ ਹੋ ਕੇ ਰਹਿ ਸਕੇ। ਠੀਕ ਹੈ, ਬਹੁਤ ਵਧੀਆ ਕੰਮ ਕਰ ਰਿਹਾ ਤੂੰ, ਪਰ ਇਹ ਦੱਸ ਤੈਨੂੰ ਟਾਈਮ ਕਿੰਨਾ ਲੱਗੇਗਾ? ਪੁੱਤਰ ਮੈਂ ਠੀਕ ਨਹੀਂ ਹੈਗੀ, ਇੰਨੀਆਂ ਸਾਰੀਆਂ ਤਿਆਰੀਆਂ ਮੈਂ ਕਿਵੇਂ ਕਰਾਂਗੀ? ਤੇ ਉੱਤੋਂ ਤੇਰੀ ਵੋਟੀ, ਪਤਾ ਨਹੀਂ ਉਹ ਸਰਗੁਣ ਕਿੱਥੇ ਚਲੀ ਗਈ ਹੈ। ਮੰਮੀ ਮੈਂ ਛੇਤੀ ਇਹ ਸਭ ਖਤਮ ਕਰਕੇ ਵਾਪਸ ਆ ਜਾਵਾਂਗਾ, ਤੇ ਵਾਪਸ ਆ ਕੇ ਨਾ ਦੀਵਾਲੀ ਦੀ ਤਿਆਰੀ ਮੈਂ ਕਰਵਾ ਦਾਂਗਾ। ਬਸ ਉਦੋਂ ਤੱਕ ਨਾ ਤੁਸੀਂ ਮੇਰੇ ਤੋਂ ਇੱਕ ਪ੍ਰੋਮਿਸ ਕਰਨਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਨਹੀਂ ਲਓਗੇ, ਤੇ ਟਾਈਮ ਸਿਰ ਰੋਟੀ ਖਾਓਗੇ ਤੇ ਮੈਡੀਸਿਨ ਲਓਗੇ, ਠੀਕ ਹੈ? ਮੇਰੇ ਦੋਨੋਂ ਬੱਚੇ ਮੇਰੇ ਕੋਲ ਹੁੰਦਿਆਂ ਹੋਇਆ ਵੀ ਮੇਰੇ ਤੋਂ ਦੂਰ ਨੇ, ਮੈਨੂੰ ਚੈਨ ਕਿੱਦਾਂ ਆਏਗਾ? ਯੂਵੀ ਤੈਨੂੰ ਪਤਾ ਜੋ ਬੱਚੇ ਹੁੰਦੇ ਆ ਨਾ ਉਹ ਮਾਂ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਨੇ। ਤੂੰ ਤਾਂ ਹਮੇਸ਼ਾ ਲਈ ਇਸ ਘਰ ਨੂੰ ਛੱਡ ਕੇ ਚਲੀ ਗਈ, ਹੁਣ ਮੈਂ ਤੈਨੂੰ ਨਹੀਂ ਗਵਾਉਣਾ ਚਾਹੁੰਦੀ ਯੂਵੀ। ਰੂਪ ਦੀ ਤੈਨੂੰ ਛੱਡ ਕੇ ਕਿਤੇ ਨਹੀਂ ਗਏ, ਉਹ ਬਸ ਥੋੜੇ ਦੇ ਨਾਰਾਜ਼ ਨੇ। ਮੈਂ ਤੇ ਸਰਗੁਣ ਜੀ ਨਾ ਉਹਨਾਂ ਨੂੰ ਵਾਪਸ ਲੈ ਕੇ ਆ ਜਾਵਾਂਗੇ, ਤੁਸੀਂ ਫਿਕਰ ਨਾ ਕਰੋ। ਜੇ ਰੱਬ ਨੇ ਚਾਹਿਆ ਨਾ ਤਾਂ ਅਸੀਂ ਦੀਵਾਲੀ ਸਾਰੇ ਇਕੱਠੇ ਮਨਾਵਾਂਗੇ। ਤੂੰ ਵੀ ਆਪਣਾ ਖਿਆਲ ਰੱਖੀ, ਹਾਂ ਟਾਈਮ ਨਾਲ ਖਾ ਪੀ ਲਈ। ਹਾਂ ਹਾਂ ਮੰਮੀ, ਰੋਟੀ ਦੀ ਟੈਨਸ਼ਨ ਨਹੀਂ ਹੈ, ਰੋਟੀ ਤਾਂ ਮੇਰੀ ਵੋਟੀ ਲੈ ਕੇ ਆਈ ਹੈ। ਸਰਗੁਣ ਘਰੋਂ ਨਿਕਲ ਕੇ ਤੇਰੇ ਕੋਲ ਕਦੋਂ ਪਹੁੰਚ ਗਈ? ਤੇਰੇ ਪਾਪਾ ਤਾਂ ਕਹਿ ਰਹੇ ਸੀ ਕਿ ਸਰਗੁਣ ਦੀਵਾਲੀ ਦਾ ਸਮਾਨ ਲੈਣ ਲਈ ਬਾਜ਼ਾਰ ਗਈ ਹੋਈ ਹੈ। ਨਹੀਂ ਨਹੀਂ ਮੰਮੀ, ਮੇਰੀ ਵੋਟੀ ਨਹੀਂ, ਉਹ ਜਿਹੜਾ ਬੰਦਾ ਨਹੀਂ ਹੈ ਬੰਦਾ ਜਿਹਦੀ ਮੈਂ ਮਦਦ ਕਰ ਰਿਹਾ, ਉਹਦੀ ਵੋਟੀ। ਹਾਂ ਉਹਦੀ ਵੋਟੀ ਆਈ ਹੈ ਰੋਟੀ ਲੈ ਕੇ ਮੇਰੇ ਕੋਲ। ਓ ਅੱਛਾ, ਤੂੰ ਟਾਈਮ ਨਾਲ ਰੋਟੀ ਖਾ ਲੈ ਤੇ ਛੇਤੀ ਨਾ ਕਰ ਰਾਜਾ। ਯੂਵੀ ਫੋਨ ਕਿਉਂ ਕੱਟ ਹੋ ਗਿਆ? ਮੈਂ ਕਰਦੀ। ਹੁਣੇ ਤਾਂ ਗੱਲ ਹੋ ਰਹੀ ਸੀ ਇਹਦੇ ਨਾਲ, ਅਚਾਨਕ ਫੋਨ ਕੱਟਿਆ ਗਿਆ ਤੇ ਹੁਣ ਫੋਨ ਲੱਗ ਨਹੀਂ ਰਿਹਾ, ਕੀ ਹੋਇਆ? ਰਜਿੰਦਰ, ਇਹ ਜੀ ਕਿਹੜੀ ਵੱਡੀ ਗੱਲ ਹੈ, ਬੈਟਰੀ ਡਾਊਨ ਹੋ ਗਈ ਹੋਵੇਗੀ ਯੁਵਰਾਜ ਦੇ ਫੋਨ ਦੀ, ਤੂੰ ਐਵੇਂ ਸੋਚੀ ਜਾਂਦੀ ਹੈ? ਤੇਰੀ ਗੱਲ ਹੋ ਗਈ ਨਾ ਯੁਵਰਾਜ ਨਾਲ, ਬਸ ਤੂੰ ਦਵਾਈ ਖਾ ਤੇ ਜਾ ਕੇ ਸੌ ਜਾ। ਬਦਤਮੀਜ਼ੀ ਇੰਸਪੈਕਟਰ ਸਾਹਿਬ। ਅੱਛਾ, ਤੇ ਲੋਕਅਪ ਦੇ ਅੰਦਰ ਆਪਣੇ ਘਰ ਵਾਲੇ ਨੂੰ ਚੋਰੀ ਤੋਂ ਫੋਨ ਦੇਣਾ ਤਾਂ ਬੜੀ ਕਾਬਲੀਅਤ ਵਾਲੀ ਗੱਲ ਆ, ਹਨਾ? ਮੇਰੀ ਪਰਮਿਸ਼ਨ ਤੋਂ ਬਿਨਾਂ ਮੁਜ਼ਰਿਮ ਨੂੰ ਮਿਲਣਾ, ਉਹਨੂੰ ਰੋਟੀ ਤੇ ਫੋਨ ਦੇਣਾ ਬਹੁਤ ਵੱਡਾ ਕ੍ਰਾਈਮ ਆ, ਤੇ ਇਸ ਕ੍ਰਾਈਮ ਦੇ ਲਈ ਮੈਂ ਤੈਨੂੰ ਅਰੈਸਟ ਵੀ ਕਰ ਸਕਦਾ, ਪਤਾ ਇਸ ਗੱਲ ਦਾ? ਸਰ ਜੀ, ਇਹਨਾਂ ਦੀ ਕੋਈ ਗਲਤੀ ਨਹੀਂ, ਦਰਅਸਲ ਮੈਂ ਹੀ ਇਹਨਾਂ ਤੋਂ ਜ਼ਿੱਦ ਕੀਤੀ ਸੀ ਕਿ ਮੈਂ ਆਪਣੀ ਮੰਮੀ ਨਾਲ ਗੱਲ ਕਰਨਾ ਚਾਹੁੰਦਾ, ਪਲੀਜ਼ ਇਹਨਾਂ ਨੂੰ ਕੁਝ ਵੀ ਨਾ ਕਹੋ, ਪਲੀਜ਼।
ਓਹੋ, ਬੜਾ ਪਿਆਰ ਕਰਦਾ ਆਪਣੀ ਵਹੁਟੀ ਨੂੰ ਹੈ? ਕੀ ਗੱਲ, ਪਹਿਲਾਂ ਤਾਂ ਬੜੀ ਆਕੜ ਕੇ ਗੱਲ ਕਰਦਾ ਸੀ, ਹੁਣ ਕੀ ਹੋਇਆ? ਗੱਲ ਜੇ ਹੁਣ ਤੇਰੀ ਵਹੁਟੀ 'ਤੇ ਆ ਗਈ ਤਾਂ ਠੰਡਾ ਪੈ ਗਿਆ? ਬੜੀ ਕਾਹਲੀ ਹੈ ਨਾ ਤੈਨੂੰ ਤੇਰੀ ਮਾਂ ਨਾਲ ਗੱਲ ਕਰਨ ਦੀ? ਫਿਕਰ ਨਾ ਕਰ, ਬਹੁਤ ਜਲਦੀ ਤੇਰੀ ਮਾਂ ਤੇਰੇ ਨਾਲ ਇਸ ਜੇਲ੍ਹ ਦੇ ਵਿੱਚ ਹੋਊਗੀ। ਬਾਕੀ ਮੇਰੀ ਤੇਰੀ ਵਹੁਟੀ ਨਾਲ ਕੋਈ ਦੁਸ਼ਮਣੀ ਨਹੀਂ ਹੈ, ਇਹ ਜੀ ਪਹਿਲੀ ਗਲਤੀ ਸੀ, ਇਸ ਕਰਕੇ ਇਹਨੂੰ ਮਾਫ਼ ਕਰ ਰਿਹਾ। ਅਤੇ ਵਰਦੀ ਵਾਲੇ ਨੂੰ ਕਾਨੂੰਨ ਸਿਖਾਉਣ ਤੋਂ ਪਹਿਲਾਂ ਖੁਦ ਕਾਨੂੰਨ 'ਤੇ ਚੜ੍ਹਨਾ ਸਿੱਖੋ ਬੀਬੀ ਜੀ।